ਪਹੁੰਚੇ ਹਾਂ ਪਿੰਡ ਚੱਬੇਵਾਲ ਦੀ ਡਿਸਪੈਂਸਰੀ ਤੇ ਤੇ ਪੁੱਛਦੇ ਹਾਂ ਡਾਕਟਰ ਸਾਹਿਬ ਤੋਂ ਕਿ ਉਹ ਇਸ ਡਿਸਪੈਂਸਰੀ ਨੂੰ ਕਿਸ ਤਰ੍ਹਾਂ ਚਲਾਉਂਦੇ ਨੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਤੁਹਾਡਾ ਨਾਮ? ਡਾਕਟਰ ਹਿਮਾਨੀ। ਡਾਕਟਰ ਹਿਮਾਨੀ, ਕਿੰਨੀ ਦੇਰ ਤੋਂ ਉੱਥੇ ਜੌਬ ਕਰ ਰਹੇ ਹੋ? ਮੈਂ ਇੱਥੇ ਪਿਛਲੇ ਸਾਲ ਤੋਂ ਇੱਥੇ ਜੁਆਇਨ ਕੀਤਾ। ਇਹ ਡਿਸਪੈਂਸਰੀ ਕਿੰਨੀ ਪੁਰਾਣੀ ਹੈ? ਇਹ ਡਿਸਪੈਂਸਰੀ ਇੱਥੇ ਕਾਫੀ ਪੁਰਾਣੀ ਹੈ, ਸਨ 1977 ਦੀ ਹੈਗੀ ਇੱਥੇ। ਤੇ ਇੱਥੇ ਕਿਸ ਤਰ੍ਹਾਂ ਦੇ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਤੇ ਕਿੰਨੇ ਡੇਲੀ ਆਉਂਦੇ ਨੇ, ਔਰ ਉਹੋ ਜਿਹੇ ਮਰੀਜ਼ ਜਿਹਨਾਂ ਜਿਹੜਾ ਦਾ ਕੇਸ ਤੁਹਾਡੇ ਹੱਥ ਤੋਂ ਬਾਹਰ ਹੋਵੇ ਉਹਨਾਂ ਦਾ ਕੀ ਕਰਦੇ ਹੋ? ਇੱਥੇ ਡੇਲੀ ਕਾਫੀ ਮਰੀਜ਼ ਆਉਂਦੇ ਆ, ਰੋਜ਼ ਅਸੀਂ 50 ਮਰੀਜ਼ ਤਾਂ ਇੱਥੇ ਦੇਖਦੇ ਹੀ ਆ। ਤੇ ਇੱਥੇ ਜਿੱਦਾਂ ਬੁਖਾਰ ਹੋਵੇ ਕਿਸੇ ਨੂੰ, ਛਾਤੀ ਦੀ ਕੋਈ ਪ੍ਰੋਬਲਮ, ਤੇ ਸਾਡੇ ਟੀਬੀ ਦੇ ਮਰੀਜ਼ ਕਾਫੀ ਆਉਂਦੇ ਆ, ਡਿਲੀਵਰੀ ਕੇਸ ਕਰਦੇ ਆ ਅਸੀਂ ਇੱਥੇ। ਤੇ ਜੇ ਕੋਈ ਸਾਨੂੰ ਲੱਗਦਾ ਸਾਡੇ ਹੱਥ ਤੋਂ ਬਾਹਰ ਆ, ਫਿਰ ਅਸੀਂ ਉਹਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਭੇਜ ਦਿੰਦੇ ਆ। 108 ਗੱਡੀ ਹੈਗੀ ਆ ਸਾਡੇ ਹੋਸਪਿਟਲ, ਇਹਦੇ 'ਚ ਅਸੀਂ ਮਰੀਜ਼ ਨੂੰ ਰੈਫਰ ਕਰ ਦਿੰਦੇ ਹਾਂ ਸਿਵਲ ਹਸਪਤਾਲ। ਜੀ, ਤੁਹਾਨੂੰ ਕੋਈ ਇੱਥੇ ਮੁਸ਼ਕਿਲ ਤਾਂ ਨਹੀਂ ਆ ਰਹੀ ਕਿਸੇ ਕਿਸਮ ਦੀ? ਅਗਰ ਆ ਰਹੀ ਹੈ ਤਾਂ ਕਿਉਂ ਆ ਰਹੀ ਹੈ ਅਤੇ ਉਹਦਾ ਹੱਲ ਤੁਸੀਂ ਸਾਨੂੰ ਦੱਸੋਗੇ? ਨਹੀਂ, ਮੁਸ਼ਕਿਲ ਤਾਂ ਨਹੀਂ, ਬਾਕੀ ਇੱਥੇ ਸਭ ਕੁਛ ਸਾਨੂੰ ਸਾਰਾ ਸਰਕਾਰ ਵੱਲੋਂ ਹੈਗਾ, ਠੀਕ ਹੈ ਇੱਥੇ ਸਭ ਕੁਛ, ਕੋਈ ਪ੍ਰੋਬਲਮ ਨਹੀਂ ਹੈਗੀ। ਅੱਛਾ ਜੀ, ਜਿਹੜੇ ਮਰੀਜ਼ ਆਉਂਦੇ ਆ ਉਹ ਤੁਹਾਡੇ ਇੱਥੇ ਲੋਕਲੀ ਜਿਹੜਾ ਪਿੰਡ ਆ ਉਹਦੇ ਹੀ ਮਰੀਜ਼ ਆ ਜਾਂ ਨੇੜੇ ਦੇ ਪਿੰਡਾਂ ਦੇ ਵੀ ਮਰੀਜ਼ ਆਉਂਦੇ ਆ? ਨਹੀਂ ਨਹੀਂ, ਸਾਡੇ ਲੋਕਲ ਤੇ ਨੇੜੇ ਦੇ ਪਿੰਡ ਜਿੰਨੇ ਲੱਗਦੇ ਉਹ ਸਾਰੇ ਮਰੀਜ਼ ਇੱਥੇ ਹੀ ਆਉਂਦੇ ਆ। ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਧੰਨਵਾਦ ਜੀ। ਨਾਲ ਹੀ ਅਸੀਂ ਪਹੁੰਚੇ ਹਾਂ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਕਾਲਜ ਫੋਰ ਵੂਮੈਨ ਚੱਬੇਵਾਲ, ਤੇ ਮੇਰੇ ਨਾਲ ਖੜੇ ਨੇ ਇਸ ਕਾਲਜ ਦੇ ਪ੍ਰਿੰਸੀਪਲ ਸਾਹਿਬਾਨ, ਤੇ ਆਓ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹ ਇਸ ਕਾਲਜ ਤੋਂ ਪਿਛਲੇ ਕਿੰਨੇ ਦਿਨਾਂ ਤੋਂ ਨੇ। ਹਾਂਜੀ ਮੈਡਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਡਮ, ਆਪ ਜੀ ਦਾ ਸ਼ੁਭ ਨਾਮ? ਡਾਕਟਰ ਅਨੀਤਾ ਸਿੰਘ। ਅਨੀਤਾ ਸਿੰਘ ਜੀ, ਤੁਸੀਂ ਇਸ ਕਾਲਜ ਵਿੱਚ ਪਿਛਲੇ ਕਿੰਨੇ ਦਿਨਾਂ ਤੋਂ? 14 ਨਵੰਬਰ ਨੂੰ ਮੈਂ ਇਸ ਕਾਲਜ ਨੂੰ ਜੁਆਇਨ ਕੀਤਾ ਹੈ ਜੀ। ਤੇ ਇਹ ਕਾਲਜ ਕਿੰਨਾ ਪੁਰਾਣਾ ਹੈ? ਇਹ 2001 ਦੇ ਵਿੱਚ ਸ਼ੁਰੂ ਹੋਇਆ ਸੀ ਜੀ। ਤੇ ਇਸ ਕਾਲਜ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਕਿੱਥੋਂ ਕਿੱਥੋਂ ਆਉਂਦੇ ਨੇ, ਯਾਨੀ ਕਿ ਇਸ ਪਿੰਡ ਦੇ ਨੇ ਜਾਂ ਲਾਗੇ ਪਾਸੇ ਪਿੰਡਾਂ ਤੋਂ ਵੀ ਆਉਂਦੇ? ਨਹੀਂ ਜੀ, ਇਸ ਕਾਲਜ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਆਸ ਪਾਸ ਦੇ ਮੈਕਸੀਮਮ ਪਿੰਡ ਜਿਹੜੇ ਨੇ ਇਹ ਕਵਰ ਕੀਤੇ ਜਾ ਰਹੇ ਨੇ, ਕਿਉਂਕਿ ਇਹ ਕਾਲਜ ਟਰਾਂਸਪੋਰਟੇਸ਼ਨ ਦੇ ਰਿਹਾ ਹੈ ਔਰ ਮੇਰਾ ਖਿਆਲ ਹੈ ਕਿ 40-50 ਪਿੰਡ ਜਿਹੜੇ ਨੇ ਇਹ ਏਰੀਆ ਕਵਰ ਕਰ ਰਹੇ। ਤੇ ਟੋਟਲ ਕਿੰਨੇ ਸਟੂਡੈਂਟ ਜਿਹੜੇ ਇਸ ਕਾਲਜ ਦੇ ਵਿੱਚ ਜਿਹੜੇ ਵਿਦਿਆ ਲੈ ਰਹੇ ਆ? ਕਿਉਂਕਿ ਇਸ ਕਾਲਜ ਦੇ ਵਿੱਚ ਕਾਲਜ ਵੀ ਹੈ ਔਰ ਨਾਲ ਸਕੂਲ ਵੀ ਹੈ, ਇਹ 1400 ਦੇ ਕਰੀਬ ਸਟੂਡੈਂਟਸ ਇੱਥੇ ਜਿਹੜੇ ਨੇ ਵਿਦਿਆ ਲੈ ਰਹੇ ਨੇ ਜੀ। ਤੇ ਇਸ ਕਾਲਜ ਕਿਸ ਦੇ ਅੰਡਰ ਆਉਂਦਾ ਜੀ ਇਹ ਕਾਲਜ ਔਰ ਸਕੂਲ? ਹਾਂਜੀ, ਇਹ ਹਰੀਆਂ ਬੇਲਾ ਆਪਣੇ ਪ੍ਰਧਾਨ ਨੇ ਸੰਤ ਬਾਬਾ ਨਿਹਾਲ ਸਿੰਘ ਜੀ, ਉਹ ਹੀ ਇਹਦੇ ਸਰਪ੍ਰਸਤ ਤੇ ਪ੍ਰਧਾਨ ਨੇ, ਉਹਨਾਂ ਦੀ ਦੇਖਰੇਖ ਵਿੱਚ ਇਹ ਕਾਲਜ ਚੱਲ ਰਿਹਾ ਜੀ। ਸਾਡੇ ਦਰਸ਼ਕਾਂ ਨੂੰ ਦੱਸੋਗੇ ਜੀ ਇਸ ਕਾਲਜ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਨੇ ਉਹ ਕਿਸ ਤਰ੍ਹਾਂ ਦੀਆਂ ਨੇ? ਇਹਦੇ ਵਿੱਚ ਇਸ ਤਰ੍ਹਾਂ ਕਿ ਅਕੈਡੈਮਿਕ ਦੇ ਨਾਲ ਨਾਲ ਐਕਸਟਰਾ ਐਕਟੀਵਿਟੀਜ਼ ਦੇ ਉੱਪਰ ਵੀ ਕਾਫੀ ਧਿਆਨ ਦਿੱਤਾ ਜਾਂਦਾ ਵੈ, ਜਿਸ ਤਰ੍ਹਾਂ ਕਿ ਆਪਣਾ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਹੁੰਦੇ ਨੇ, ਉਹਦੇ ਵਿੱਚ ਮੈਂ ਇਹ ਦੱਸਣਾ ਚਾਹਾਂਗੀ, ਬੜੇ ਮਾਣ ਦੀ ਗੱਲ ਹੈ ਕਿ ਹਰ ਸਾਲ ਹੀ ਇਸ ਕਾਲਜ ਦੇ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਇਨਾਮ ਬਣਦੇ ਨੇ। ਜਿਸ ਤਰ੍ਹਾਂ ਰੀਸੈਂਟਲੀ ਜਿਹੜਾ ਹੁਣ ਹੋਇਆ ਸੀ ਯੂਥ ਫੈਸਟੀਵਲ, ਉਹਦੇ ਵਿੱਚ ਜਰਨਲ ਦੇ ਵਿੱਚ ਇਹਨਾਂ ਨੇ 35 ਜਿਹੜੇ ਨੇ ਪ੍ਰਾਈਜ਼ ਵਿਨ ਕੀਤੇ ਨੇ। ਸਪੋਰਟਸ ਦੇ ਵਿੱਚ ਵੀ ਇਹਦਾ ਬਹੁਤ ਨਾਮ ਹੈ, ਆਸ ਪਾਸ ਦੇ ਕਾਫੀ ਜਗ੍ਹਾ ਤੇ ਕੰਪੀਟੀਸ਼ਨ 'ਚ ਗਏ ਨੇ, ਉਹਦੇ ਵਿੱਚ ਵੀ ਇਹਨਾਂ ਨੇ ਜਿੱਤ ਹਾਸਿਲ ਕੀਤੀ ਹੈ ਔਰ ਐਕਸਟਰਾ ਜਿਹੜੀਆਂ ਐਕਟੀਵਿਟੀਜ਼ ਦੂਸਰੇ ਕਾਲਜਿਸ ਦੇ ਵਿੱਚ ਵੀ ਇਹ ਪਾਰਟਿਸਿਪੇਟ ਕਰਦੇ ਨੇ ਔਰ ਪ੍ਰਾਈਜ਼ ਵਿਨ ਕੀਤੇ ਨੇ ਜੀ। ਜੀ ਮੈਮ, ਕੋਈ ਆਪਣਾ ਸਟੂਡੈਂਟ ਜਿਹੜਾ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਗਿਆ ਹੋਵੇ ਉੱਥੇ ਮੱਲਾ ਮਾਰ ਕੇ ਆਇਆ ਹੋਵੇ? ਜਸਟ ਹੁਣ ਹੀ ਆਪਣਾ ਸੁਧਾਰ ਦੇ ਵਿੱਚ ਕੰਪੀਟੀਸ਼ਨ ਹੋਇਆ ਸੀ ਫੁੱਟਬਾਲ ਮੈਚ ਦਾ, ਉਹਦੇ ਵਿੱਚ ਸਾਡੀ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ ਬੱਚੀ ਜਿਹੜੀ ਹੈ ਉਹ ਇੰਟਰਨੈਸ਼ਨਲ ਲਈ ਸਿਲੈਕਟ ਹੋਈ ਹੈ ਔਰ ਤਾਮਿਲ ਦੇ ਵਿੱਚ ਉਹ ਜਾਏਗੀ, ਕੈਂਪ ਲਗਾਏਗੀ ਔਰ ਥਰਡ ਪੋਜੀਸ਼ਨ ਜਿਹੜੀ ਸੀ ਸਾਡੀ ਟੀਮ ਨੇ ਹਾਸਿਲ ਕੀਤੀ ਸੀ, ਥਰਡ ਪੋਜੀਸ਼ਨ ਹਾਸਿਲ ਕੀਤੀ ਹੈ। ਠੀਕ ਹੈ, ਤੇ ਮੈਮ ਇਹ ਸਹਿਯੋਗ ਜਿਹੜਾ ਵਾ ਕਾਲਜ ਨੂੰ ਉਹ ਪਿੰਡ ਵਾਸੀਆਂ ਵੱਲੋਂ ਜਾਂ NRI ਵੀਰਾਂ ਵੱਲੋਂ ਜਾਂ ਕਿਸੇ ਹੋਰ ਸੰਸਥਾ ਵੱਲੋਂ ਕੋਈ ਮਿਲ ਰਿਹਾ?
ਇਹਦੇ ਵਿੱਚ ਇਸ ਤਰ੍ਹਾਂ ਕਿ ਮੈਕਸਿਮਮ ਜਿਹੜਾ ਵੇ ਆਪਣੇ ਬਾਬਾ ਜੀ ਹੈ NRI ਨੇ ਔਰ ਆਸ-ਪਾਸ ਦੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਇਹ ਸਹਿਯੋਗ ਮਿਲ ਰਿਹਾ ਹੈ ਜਿਸ ਤਰ੍ਹਾਂ ਕਿ ਬੀਬੀ ਜਸ਼ਪਾਲ ਕੌਰ ਕੈਨੇਡਾ ਵਿੱਚ ਨੇ ਮੈਕਸਿਮਮ ਜਿਹੜੀ ਨੇ ਉਹ ਇਹ ਸਕਾਲਰਸ ਦੇ ਲਈ ਜਿਹੜਾ ਉਹ ਹੈਲਪ ਕਰ ਰਹੇ ਨੇ ਜੀ, ਇਸ ਕਾਲਜ ਨੂੰ ਚਲਾਉਣ ਲਈ ਮੈਡਮ ਟੀਚਰ ਜਿਹੜੇ ਆ ਉਹ ਕੁਆਲੀਫਾਈਡ ਹੋਣਗੇ ਤੇ ਜ਼ਰੂਰ, ਤੇ ਉਹ ਟੀਚਰਾਂ ਦੀ ਗਿਣਤੀ ਕਿੰਨੀ ਹੈ? ਇਹ ਸਾਡੇ ਕੋਲ ਸਕੂਲ ਔਰ ਕਾਲਜ ਦੇ ਵਿੱਚ ਜਿਹੜਾ ਪੜ੍ਹਾਉਣ ਲਈ 80 ਦੇ ਕਰੀਬ ਜਿਹੜੀ ਫੈਕਲਟੀ ਹੈਗੀ ਹੈ ਔਰ ਬਹੁਤ ਸਾਰੀ ਜਿਹੜੀ ਫੈਕਲਟੀ ਹੈ ਉਹ ਪੈਨਲ ਦੇ ਥਰੂ ਜਿਹੜੀ ਸਿਲੈਕਟ ਕੀਤੀ ਗਈ ਹੈ UGC ਦੇ ਨਾਮਸ ਦੇ ਅਕੋਰਡਿੰਗ ਔਰ ਕੁਝ ਸਟਾਫ ਸਾਡੇ ਕੋਲ ਟੈਂਪਰੇਰੀ ਔਰ ਐਡਹੋਕ ਵੀ ਹੈ। ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਸੋ ਜਿੱਥੇ ਅਸੀਂ ਗੱਲ ਕੀਤੀ ਇਸ ਕਾਲਜ ਦੀ ਪ੍ਰਿੰਸੀਪਲ ਸਾਹਿਬਾਨ ਦੇ ਨਾਲ, ਸੋ ਉਸੇ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਇਸ ਕਾਲਜ ਦੀਆਂ ਵਿਦਿਆਰਥਣਾਂ ਦੇ ਨਾਲ। ਸੋ ਸਭ ਤੋਂ ਪਹਿਲਾਂ ਇਹਨਾਂ ਵਿਦਿਆਰਥਣਾਂ ਨਾਲ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਇਸ ਕਾਲਜ ਵਿੱਚ ਪਿਛਲੇ ਕਿੰਨੇ ਟਾਈਮ ਤੋਂ ਹੋ? 3 ਸਾਲਾਂ ਤੋਂ। 3 ਸਾਲਾਂ ਤੋਂ ਹਾਂਜੀ। ਤੇ ਤੁਸੀਂ ਕੀ ਕਰ ਰਹੇ ਹੋ? BCA। BCA ਕਰ ਰਹੇ ਹੋ, ਠੀਕ ਹੈ ਜੀ। ਆਪ ਜੀ ਦਾ ਸ਼ੁਭ ਨਾਮ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਵੀਰ ਕੌਰ। ਸੁਖਵੀਰ ਕੌਰ ਜੀ, ਤੁਸੀਂ ਕਿਹੜੇ ਪਿੰਡ ਤੋਂ ਆਉਂਦੇ ਹੋ? ਮੈਂ ਚੱਗਰਾ ਪਿੰਡ ਤੋਂ ਬਿਲੋਂਗ ਕਰਦੀ ਹੈ, BA ਫਸਟ ਈਅਰ ਦੀ ਸਟੂਡੈਂਟ ਮੈਂ ਜੀ। ਔਰ ਇਸੇ ਸਾਲ ਜਿਹੜਾ ਤੁਸੀਂ ਇੱਥੇ ਐਡਮਿਸ਼ਨ ਲਿੱਤੀ ਜਾਂ ਇਸ ਤੋਂ ਪਹਿਲਾਂ ਲਿੱਤੀ ਹੈ? ਨਹੀਂ, ਮੈਂ +1 ਤੋਂ ਇੱਥੇ ਪੜ੍ਹਦੀ ਹਾਂ। ਹਾਂਜੀ, ਠੀਕ ਹੈ। ਸੋ ਹਾਂਜੀ, ਆਪ ਜੀ ਦਾ ਕੁੜ ਨਾਮ ਜੀ? ਸੰਦੀਪ ਕੌਰ। ਸੰਦੀਪ ਕੌਰ, ਸੰਦੀਪ ਕੌਰ ਜੀ, ਤੁਸੀਂ ਕੀ ਕਰ ਰਹੇ ਹੋ? ਮੈਂ BA ਫਾਈਨਲ। BA ਫਾਈਨਲ ਕਰ ਰਹੇ ਹੋ, ਤੇ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕਿਹੜੇ ਪਿੰਡ ਤੋਂ ਆਉਂਦੇ ਹੋ? ਅਸੀਂ ਮਾਲਪੁਰ ਤੋਂ ਆਉਂਦੇ ਹਾਂ। ਮਾਲਪੁਰ ਤੋਂ, ਤੇ ਤੁਸੀਂ ਆਪਣੀ ਕਨਵੈਂਸ ਤੇ ਆਉਂਦੇ ਜਾਂ ਸਕੂਲ ਦੀ? ਆਪਣੀ ਕਨਵੈਂਸ ਜੀ, ਬਿਲਕੁਲ। ਜੀ ਆਪ ਜੀ ਦਾ ਸ਼ੁਭ ਨਾਮ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਨੀਰਜ। ਨੀਰਜ ਜੀ, ਨੀਰਜ ਜੀ, ਇਹ ਦੱਸੋਗੇ ਕਿ ਇਸ ਕਾਲਜ ਦੇ ਵਿੱਚ ਜਿਹੜੇ ਆ ਕੋਰਸਿਸ ਨੇ ਉਹ ਕਿਹੜੇ ਕਿਹੜੇ ਆ? ਇਸ ਕਾਲਜ ਦੇ ਵਿੱਚ ਜਿਵੇਂ ਕਿ BSc, BCA, BCom, BA, ਬਾਇਓਟੈਕ, PGDCA, MA, ਸਭ ਕੁਝ ਹੈ। ਤੇ ਤੁਸੀਂ ਇਹਨਾਂ ਵਿੱਚੋਂ ਕਿਹੜਾ ਕੋਰਸ ਕਰ ਰਹੇ ਹੋ? BSc ਫਸਟ ਈਅਰ ਦੀ ਛਾਤਰਾ। ਅੱਛਾ ਜੀ, ਵੈਰੀ ਗੁੱਡ ਜੀ। ਆਪ ਜੀ ਦਾ ਨਾਮ ਜੀ? ਗਗਨਜੋਤ। ਗਗਨਜੋਤ, ਅੱਛਾ ਗਗਨਜੋਤ ਜੀ, ਤੁਸੀਂ ਆਪਣੀ ਸਟੱਡੀ ਤੋਂ ਬਾਅਦ ਕਿਹੜੀ ਲਾਈਨ ਚੂਜ਼ ਕਰੋਗੇ ਜਾਂ ਤੁਸੀਂ ਕੀ ਬਣਨਾ ਪਸੰਦ ਕਰੋਗੇ, ਕੀ ਏਮ ਰੱਖਿਆ? ਮੈਂ ਟੀਚਰ ਬਣਨਾ ਪਸੰਦ ਕਰਦੀ ਹਾਂ। ਮੈਂ BSc ਤੋਂ ਬਾਅਦ BEd ਕਰਕੇ MSc ਕਰਕੇ ਟੀਚਰ ਬਣਨਾ ਚਾਹੁੰਦੀ ਹਾਂ ਤੇ ਬੱਚਿਆਂ ਦੀ ਸੇਵਾ ਕਰਨਾ ਚਾਹੁੰਦੀ। ਠੀਕ ਹੈ, ਤੇ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਉਦੇਸ਼ ਜਿਹੜਾ ਕੋਈ ਇਸ ਤਰ੍ਹਾਂ ਦਾ ਥੀਮ ਆਪਣੇ ਦਿਮਾਗ ਦੇ ਵਿੱਚ ਰੱਖਿਆ ਹੋਵੇ, ਕੋਈ ਇੱਕ ਸਪੈਸ਼ਲ ਦੁਨੀਆ ਤੋਂ ਹਟ ਕੇ ਕਲਪਨਾ ਚਾਵਲਾ ਵਾਂਗ ਜਾਂ ਕੋਈ ਬਰੇਵ ਲੇਡੀ ਦਾ ਤੁਹਾਡੇ ਦਿਮਾਗ 'ਚ ਹੋਵੇ ਤਾਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਪਲੀਜ਼? ਇਹੀ ਹੈ ਕਿ ਹਮੇਸ਼ਾ ਸੱਚ ਬੋਲੋ, ਸੱਚ ਦੇ ਰਾਹ ਤੇ ਚੱਲੋ, ਕਿ ਜ਼ਿੰਦਗੀ ਵਿੱਚ ਝੂਠ ਦਾ ਸਹਾਰਾ ਕਦੇ ਨਹੀਂ ਲੈਣਾ ਚਾਹੀਦਾ, ਕਿ ਆਪਣੇ ਔਰਤ ਹੀ ਸਭ ਤੋਂ ਦੁਨੀਆ ਦੇ ਵਿੱਚ ਸਭ ਤੋਂ ਮਹਾਨ ਸ਼ਖਸੀਅਤ ਹੈ, ਚੀਜ਼ ਹੈ, ਇਸ ਨੂੰ ਪਹਿਲਾਂ ਰੱਖਣਾ ਚਾਹੀਦਾ ਹੈ ਜੀ। ਸੋ ਅਸੀਂ ਇਹਨਾਂ ਦੇ ਵਿਚਾਰ ਸੁਣੇ, ਬਹੁਤ ਹੀ ਵਧੀਆ ਢੰਗ ਦੇ ਨਾਲ ਇਹਨਾਂ ਨੇ ਸਾਨੂੰ ਦੱਸਿਆ। ਸੋ ਇਹਨਾਂ ਦੇ ਨਾਲ ਇਹਨਾਂ ਕੋਲੋਂ ਇਜਾਜ਼ਤ ਲੈਂਦੇ ਹਾਂ, ਫਤਿਹ ਸਾਂਝੀ ਦੁਬਾਰਾ ਕਰਦੇ ਹਾਂ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਅਸੀਂ ਇਸ ਵਕਤ ਪਹੁੰਚੇ ਹਾਂ ਗੁਰਦੁਆਰਾ ਹਰੀਆਂ ਵੇਲਾਂ ਪਿੰਡ ਚੱਬੇਵਾਲ ਅਤੇ ਮੇਰੇ ਨਾਲ ਨੇ ਇੱਥੋਂ ਦੇ ਮੁਖੀ ਸੰਤ ਬਾਬਾ ਨਿਹਾਲ ਸਿੰਘ ਜੀ ਤਰਨਾਤਲ। ਸੋ ਇਹਨਾਂ ਤੋਂ ਪੁੱਛਦੇ ਹਾਂ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ। ਇਸ ਅਸਥਾਨ 'ਤੇ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ 2200 ਘੋੜ ਸਵਾਰ ਸਮੇਤ ਸੰਗਤਾਂ ਇੱਥੇ ਸਤਿਗੁਰੂ ਆਏ, ਬਾਬਾ ਪ੍ਰੇਮਦਾਸ ਜੀ ਨੂੰ ਦਰਸ਼ਨ ਦਿੱਤੇ। ਬਾਬਾ ਪ੍ਰੇਮਦਾਸ ਜੀ ਨੇ ਗੁਰੂ ਸਾਹਿਬ ਜੀ ਦੇ ਘੋੜਿਆਂ ਨੂੰ ਬੇਲਾਂ ਪਾਈਆਂ ਅਤੇ ਗੁਰੂ ਸਾਹਿਬ ਜੀ ਨੇ ਬੇਲਾਂ ਹਰੀਆਂ ਦਾ ਵਰ ਦਿੱਤਾ, ਜਿਹਦੇ ਨਾਂ 'ਤੇ ਗੁਰਦੁਆਰਾ ਹਰੀਆਂ ਬੇਲਾਂ। ਉਹ ਬੇਲਾਂ ਜਿਹੜੀਆਂ ਗੁਰੂ ਸਾਹਿਬ ਦੇ ਘੋੜਿਆਂ ਨੂੰ ਪਾਈਆਂ ਸੀ ਬਾਬਾ ਪ੍ਰੇਮਦਾਸ ਜੀ ਨੇ, ਹੁਣ ਤੱਕ ਉਸੇ ਤਰ੍ਹਾਂ ਹਰੀਆਂ ਭਰੀਆਂ ਹਨ। ਗੁਰੂ ਸਾਹਿਬ ਜੀ 3 ਦਿਨ ਇੱਥੇ ਬਿਰਾਜਮਾਨ ਰਹੇ। ਗੁਰੂ ਸਾਹਿਬ ਜੀ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਤੀਰ ਧਰਤੀ 'ਚ ਮਾਰ ਕੇ ਜਲ ਦਾ ਸੋਮਾ ਪ੍ਰਗਟ ਕੀਤਾ। ਉਸ ਸਰੋਵਰ ਦਾ ਨਾਮ ਮੋਤੀ ਸਰੋਵਰ ਹੈ। ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਇੱਥੇ ਸੁੱਕੀਆਂ ਬੇਲਾਂ ਹਰੀਆਂ ਹੋਣਗੀਆਂ, ਸੁੱਕੇ ਹਰੇ ਹੋਣਗੇ। ਜਿਹੜਾ ਵੀ ਕੋਈ ਮਾਈ ਭਾਈ ਇਹਦੇ ਵਿੱਚ ਸ਼ਰਧਾ ਨਾਲ ਇਸ਼ਨਾਨ ਕਰੇਗਾ, ਉਹਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਮੋਤੀਆਂ ਦੀ ਤਰ੍ਹਾਂ ਚਮਕ ਉੱਠੇਗਾ। ਅਤੇ ਸਤਿਗੁਰੂ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਪਰਸ਼ੁਰਾਮ ਬ੍ਰਾਹਮਣ ਦੇ ਘਰ ਵਾਲੀ ਨੂੰ ਛਡਾਉਣ ਵਾਸਤੇ ਜੋ ਜਾਬਰ ਖਾਂ ਪਠਾਣ ਨੇ ਜ਼ਬਰਦਸਤੀ ਖੋਹ ਕੇ ਆਪਣੇ ਮਹਿਲਾਂ ਵਿੱਚ ਦਾਖਲ ਕਰ ਲਿਆ ਸੀ, ਉਹਨੂੰ ਆਜ਼ਾਦ ਕਰਾਉਣ ਲਈ ਪਾਤਸ਼ਾਹ ਜੀ ਨੇ ਭੇਜਿਆ 100 ਸ਼ਸਤਰਧਾਰੀ ਘੋੜ ਸਵਾਰ ਸੂਰਮਾ ਨਾਲ ਦੇ ਕੇ। ਬਾਬਾ ਅਜੀਤ ਸਿੰਘ ਸਾਹਿਬ ਜੀ ਵੱਡੇ ਸਾਹਿਬਜ਼ਾਦੇ ਕਲਗੀਧਰ ਪਿਤਾ ਜੀ ਦੇ ਇੱਥੇ ਆਏ, ਜਾਬਰ ਖਾਂ ਦੀਆਂ ਪੁੱਠੀਆਂ ਮੁਸ਼ਕਾਂ ਬੰਨੀਆਂ, ਪਰਸ਼ੁਰਾਮ ਬ੍ਰਾਹਮਣ ਦੇ ਘਰ ਵਾਲੇ ਨੂੰ ਛਡਾਇਆ, ਉਹਦੀ ਫੌਜ ਨਾਲ ਯੁੱਧ ਹੋਇਆ, ਤੁਰਕਾਂ ਦਾ ਬੇਅੰਤ ਨੁਕਸਾਨ ਹੋਇਆ, 2 ਸਿੰਘ ਵੀ ਸ਼ਹੀਦ ਹੋਏ। ਉਹਨਾਂ ਸ਼ਹੀਦਾਂ ਸਿੰਘਾਂ ਦਾ ਆਪਣੇ ਪਵਿੱਤਰ ਹੱਥਾਂ ਨਾਲ ਬਾਬਾ ਜੀ ਨੇ ਗੁਰਦੁਆਰਾ ਹਰੀਆਂ ਮੇਲਾ ਸਾਹਿਬ ਦੇ ਨਜ਼ਦੀਕ ਹੀ ਸੰਸਕਾਰ ਕੀਤਾ। ਸੋ ਇਸ ਪ੍ਰਕਾਰ ਇਹ ਪਵਿੱਤਰ ਸਥਾਨ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਪਵਿੱਤਰ ਚਰਨ ਪਾਏ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਪਵਿੱਤਰ ਚਰਨ ਪਾਏ, ਅਤੇ ਸ਼ਹੀਦਾਂ ਸਿੰਘਾਂ ਦਾ ਪਵਿੱਤਰ ਸਥਾਨ ਅਤੇ ਗੁਰਦੁਆਰਾ ਮੋਤੀ ਸਰੋਵਰ ਪਵਿੱਤਰ ਸਥਾਨ ਮਿਸਲ ਸ਼ਹੀਦਾਂ ਤਰਨਾ ਨਾਲ ਹਰੀਆਂ ਮੇਲਾ ਜਥੇਬੰਦੀ ਦਾ ਹੈੱਡਕੁਆਰਟਰ ਹੈ। ਜੀ ਬਾਬਾ ਜੀ, ਇਹ ਇਸ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਕਿਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ? ਗੁਰਦੁਆਰਾ ਹਰੀਆਂ ਮੇਲਾ ਵਿਖੇ ਹਰ ਮਹੀਨੇ ਮੱਸਿਆ ਦਾ ਬੜਾ ਭਾਰੀ ਜੋੜ ਮੇਲਾ ਹੁੰਦਾ ਜੀ। 4 ਵੱਡੇ ਜੋੜ ਮੇਲੇ ਹੁੰਦੇ ਹਨ, ਇੱਕ ਮਾਘ ਦੀ ਸਿਮਰਾਨ ਦਾ, ਅਤੇ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਦਾ ਜੋ 29 ਜਨਵਰੀ ਨੂੰ ਨਗਰ ਕੀਰਤਨ ਹੈ, ਅਤੇ 31 ਜਨਵਰੀ ਨੂੰ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਪ੍ਰੇਮ ਪਿਆਰ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ। 3 ਅਪ੍ਰੈਲ ਨੂੰ ਸੱਚਖੰਡ ਵਾਸੀ ਬਾਬਾ ਜੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਬਾਬਾ ਹਰਭਜਨ ਸਿੰਘ ਜੀ ਦੀ ਸਾਲਾਨਾ ਬਰਸੀ, 4 ਵਿਸਾਖੀ ਦਾ ਜੋੜ ਮੇਲਾ ਜਿਹਦੇ ਉੱਤੇ ਬੇਅੰਤ ਅਣਗਿਣਤ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੀਆਂ ਹਨ, ਅਤੇ ਹਰ ਮੱਸਿਆ 'ਤੇ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਂਦੇ ਹਨ, ਅੰਮ੍ਰਿਤ ਪ੍ਰਚਾਰ ਹੁੰਦਾ ਹੈ, ਗੁਰੂ ਕੇ ਲੰਗਰ ਰਾਤ ਦਿਨ 24 ਘੰਟੇ ਅਤੁੱਟ ਚੱਲਦੇ ਹਨ, ਅਤੇ ਅੰਮ੍ਰਿਤ ਵੇਲੇ 2 ਵਜੇ ਇਸ਼ਨਾਨ ਕਰਵਾ ਕੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਜਾਂਦੇ, ਫਿਰ 5 ਬਾਣੀਆਂ ਦਾ ਨਿਤਨੇਮ ਹੁੰਦਾ ਹੈ, ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹੁੰਦਾ ਹੈ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਕੇ ਅਰਦਾਸ ਕਰਕੇ ਦੇਗ ਵਰਤਾ ਕੇ ਫਿਰ ਬਾਕੀ ਦੀਆਂ ਸੇਵਾਵਾਂ ਜਿਹੜੀਆਂ ਆਰੰਭ ਹੁੰਦੀਆਂ। ਸ਼ਾਮ ਨੂੰ ਵੀ ਹਰ ਰੋਜ਼ ਲਿਤਾ ਪ੍ਰਤੀ ਗੁਰੂ ਕੀ ਬਾਣੀ ਦਾ ਪਹਿਲਾਂ ਕੀਰਤਨ, ਫਿਰ ਸੋਧਰ ਰਹਿਰਾ ਸਾਹਿਬ ਜੀ ਦਾ ਪਾਠ, ਫਿਰ ਆਰਤੀ ਦਾ ਕੀਰਤਨ, ਕੀਰਤਨ ਸੋਹਲੇ ਸਾਹਿਬ ਜੀ ਦਾ ਪਾਠ ਕਰਕੇ ਫਿਰ ਰਾਤ ਨੂੰ ਸਤਿਗੁਰੂ ਮਹਾਰਾਜ ਜੀ ਦੇ ਸੁਖਾਸਣ ਕੀਤੇ ਜਾਂਦੇ ਜੀ। ਜੀ ਬਾਬਾ ਜੀ, ਇੱਕ ਗੁਰਦੁਆਰਾ ਸਾਹਿਬ ਦੇ ਨਾਮ ਤੋਂ ਇੱਕ ਕਾਲਜ ਵੀ ਚੱਲ ਰਿਹਾ, ਉਸ ਬਾਰੇ ਕੁਛ ਸਾਡੇ ਸੰਗਤਾਂ ਨੂੰ ਚਾਨਣਾ ਪਾਓ। ਇਸ ਇਲਾਕੇ 'ਚ ਬਹੁਤ ਪਛੜਿਆ ਹੋਇਆ ਇਲਾਕਾ, ਕੰਢੀ ਦਾ ਏਰੀਆ ਹੋਣ ਕਰਕੇ ਪੇਂਡੂ ਇਲਾਕੇ ਦੇ ਅੰਦਰ ਬੱਚਿਆਂ ਨੂੰ ਬਹੁਤ ਇਸ ਗੱਲ ਦੀ ਦਿੱਕਤ ਸੀ, ਦੂਰ ਕਿਤੇ ਪੜ੍ਹਨ ਭੇਜਣ ਵਾਸਤੇ ਮਾਪਿਆਂ ਲਈ ਬੜੀ ਪਰੇਸ਼ਾਨੀ ਦਾ ਕਾਰਨ ਸੀ। ਸਨ 2000 ਵਿੱਚ ਇਲਾਕਾ ਨਿਵਾਸੀ ਸੰਗਤਾਂ ਨੇ ਇੱਥੇ ਇਕੱਠੇ ਹੋ ਕੇ ਇੱਥੇ ਆ ਕੇ ਦਾਸ ਨੂੰ ਹੁਕਮ ਕੀਤਾ ਅਤੇ ਤੁਸੀਂ ਮੋਹਰੇ ਹੋ ਕੇ ਇਹ ਸੇਵਾਵਾਂ ਜਿਹੜੀਆਂ ਹੈਗੇ ਸ੍ਰੀ ਗੁਰੂ ਹਰਿਰਾਇ ਸਾਹਿਬ ਕਾਲਜ ਦੀ ਸੇਵਾ ਨੂੰ ਤੁਸੀਂ ਕਰਾਉਣਾ ਜੀ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, 16 ਮਹੀਨਿਆਂ ਦੇ ਵਿੱਚ ਹੀ ਕਾਲਜ ਜਿਹੜਾ ਸੀ ਸਾਰੀ ਬਿਲਡਿੰਗ ਬਣ ਕੇ ਸਾਰੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਆਰੰਭ ਹੋ ਗਿਆ ਸੀ, ਜਿਹਦੇ ਅੰਦਰ ਹੁਣ ਇਸ ਵੇਲੇ 1600 ਲੜਕੀ ਕਰੀਬ ਉੱਚ ਵਿੱਦਿਆ ਪ੍ਰਾਪਤ ਕਰ ਰਹੀ ਹੈ, ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਇਹ ਕਾਲਜ ਕਰ ਰਿਹਾ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ। ਜੀ ਵਾਹਿਗੁਰੂ ਜੀ, ਇੱਕ ਲਾਸਟ ਕੁਐਸਚਨ, ਇੱਕ ਲਾਸਟ ਪ੍ਰਸ਼ਨ, ਇਸ ਇਲਾਕੇ ਦੀਆਂ ਸੰਗਤਾਂ ਅਤੇ NRI ਵੀਰਾਂ ਦਾ ਇਸ ਗੁਰਦੁਆਰਾ ਸਾਹਿਬ ਪ੍ਰਤੀ ਕੀ ਸਹਿਯੋਗ ਹੈ?
अज तक जिन्हिया भी सेवावां जथेबंदी वालों गुर अस्थाना दियां अते श्री गुरु हराय साहब काले दियां श्री गुरु हराय साहब चैरिटेबल हस्पताल दियां नवाईयां जा रही हैं उदे अंदर NRI विदेश दियां संगतां दा बहुत भारी योगदान है ते इलाके दियां संगतां दा बहुत भारी योगदान है ते इलाका निवासी सिख संगतां पूर्ण सहयोग ते पूर्ण श्रद्धा पूर्वक पूरा पूरा सहयोग दे के गुरु साहब जी दियां खुशियां प्राप्त कर रही हैं। कॉलेज बनाउण विच हस्पताल बनाउण विच सारे स्थानां दी सेवा निभाउण विच तकरीबन 75% जिहड़ा NRI जिहड़ियां बाहरलियां संगतां विदेश दियां कनेडा अमेरिका इंग्लैंड ते आस्ट्रेलिया उन्हां संगतां दा इहदे विच योगदान है। 10 अपने वल्लों देश विदेश दियां समूह संगतां दा इन्हां सेवावां लई रोम रोम करके धन्नवाद करदे जी। जी तुसी साडे बाहर बैठे संगतां नूं कोई उद्देश देना चाहुंदे हो? परम सत्कार योग साध संगत जी, सतगुरु श्री गुरु ग्रंथ साहिब महाराज जी प्रगट गुरां की देह हन ते जंतर मंत्र तंत्र धागे तबीत आदि त्याग के छड के सतगुरु श्री गुरु ग्रंथ साहिब महाराज जी दे चरणी लग के गुरु साहिब जी दियां खुशियां प्राप्त करिए मन बाणी शरीर करके श्री गुरु ग्रंथ साहिब महाराज सच्चे पातशाह जी नूं प्रगट गुरां की दे करके मनना सेवा करनी ते हुक्म मनना अमृत छको गुरु वाले बनो नशे छड्डो कलगी दर पिता जी दियां खुशियां प्राप्त करो जी। वाहिगुरू जी का खालसा वाहिगुरू जी की फतेह। Oh,
तेरी सोहों मैं फिर ना जान दूंगा, ये तू एक बारी पिंड मैगोवाल दुआबा जिथे असी तुहानूं दिखाया गुरद्वारा साहब डिस्पेंसरी स्कूल ते होर भी कई उगियां शख्सियतां नाल कराई तुहाडी मुलाकात। अगले हफ्ते फिर होवांगे तुहाडे रूबरू एक नवां पिंड लैके जिसका नाम होवेगा तुहाडा पिंड। तद अगली दिओ इजाजत, वाहिगुरू जी का खालसा वाहिगुरू जी की। जिथे असी तुहानूं पिंड दे गुरद्वारा साहब दे कराए दर्शन दिखाई डिस्पेंसरी अते स्कूल उत्थे ही असी तुहानूं होर चीज़ां भी दिखावांगे, पर उस तो पहलां असी तुहानूं पिंड दे सरपंच साहब दे नाल मिलाउंदे हां। सरपंच साहब वाहेगुरु जी का खालसा वाहेगुरु जी की फतेह। हाँ जी सरपंच साहब, आप जी का शुभ नाम? सरदार सरिंदरपाल सिंह संधु। हाँ जी संधु साहब, तुसी इस पिंड दे विच कदों तो सरपंच हो? तकरीबन मैनूं 4 साल सरपंच बने हो गए जी। इस तो पहलां केड़े सीगे? सरदार मोहन सिंह जी। जी ते तुसी इस पिंड दे विच जदों सरपंच बने हो की विकास कीता? असी तकरीबन जो साडे पिंड दे विच गलियां नालियां कच्चियां सन सारियां नूं पक्का कीता, जो अड्डे दे विच दुकाना दे मोहरे जो पानी सड़कां दे विच आउंदा सी उस दे नाल नाल असी नालियां बनाईयां अते अड्डे नूं पक्का कीता, जो बाथरूमां वास्ते काफ़ी मुसीबत आउंदी सी असी मेन अड्डे दे विच आउंदिआं ही पहला कम बाथरूमां दा ही करवाया जी। ते सरपंच साहब, इस पिंड दी कोई खास गल जिहड़ी बहुत ही लुभावणी होवे? इस पिंड दी खास गल इह आ, साडी पंजाब सरकार ने साडे पिंड नूं खेड स्टेडियम दित्ता, ਸਾਡੇ ਕਮਿਊਨਿਟੀ ਸੈਂਟਰ ਇਹ ਦਿੱਤਾ, ਸਾਡੇ ਪਿੰਡ ਦੇ ਵਿੱਚ ਸਰਕਲ ਪਟਵਾਰਖਾਨਾ ਦਿੱਤਾ, ਵਾਟਰ ਸਪਲਾਈ ਸਾਡੇ ਪਿੰਡ ਨੂੰ ਦਿੱਤੀ, ਮਹਿਲਾ ਮੰਡਲ ਪਿੰਡ ਨੂੰ ਦਿੱਤਾ ਅਤੇ ਹੋਰ ਵੀ ਕਾਫੀ ਸਾਡੇ ਪਿੰਡ ਨੂੰ ਪੰਜਾਬ ਸਰਕਾਰ ਨੇ ਕਾਫੀ ਸਾਡੇ ਪਿੰਡ ਨੂੰ ਗਰੰਟਾਂ ਦਿੱਤੀਆਂ, ਪਰ ਅਸੀਂ ਪੰਜਾਬ ਸਰਕਾਰ ਕੋਲੋਂ ਅਜੇ ਹੋਰ ਵੀ ਕੰਮਾਂ ਦੀ ਕਾਫੀ ਉਮੀਦ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਸਾਡੇ ਜੋ ਮਿੰਨੀ PHC ਹਸਪਤਾਲ ਸਾਡੇ ਚੱਲਦਾ ਆ ਇਸ ਨੂੰ ਅਸੀਂ 25 ਬੈੱਡ ਦਾ ਹਸਪਤਾਲ ਬਣਾਉਣਾ ਚਾਹੁੰਦੇ ਹਾਂ। ਜੋ ਤਹਿਸੀਲ ਸਾਡੇ ਹੁਸ਼ਿਆਰਪੁਰ ਦੇ ਵਿੱਚ ਆ ਅਸੀਂ ਇਸ ਨੂੰ ਸਬ ਤਹਿਸੀਲ ਚੱਬੇਵਾਲ ਬਣਾਉਣਾ ਚਾਹੁੰਦੇ ਹਾਂ, ਕਿਉਂਕਿ ਇਸ ਦੇ ਵਿੱਚ ਘੱਟੋ ਘੱਟ ਵੀ 150 ਦੇ ਕਰੀਬ ਇਸ ਨੂੰ ਪਿੰਡ ਲੱਗਦੇ ਹਨ। ਇਸ ਦੇ ਨਾਲ ਹੀ ਅਸੀਂ BDO ਦਫ਼ਤਰ ਬੰਨ ਅਸੀਂ ਚੱਬੇਵਾਲ ਬਣਾਉਣਾ ਚਾਹੁੰਦੇ ਹਾਂ। DSP ਸਾਹਿਬ ਜੀ ਅਤੇ ਠਾਣਾ ਵੀ ਸਾਡੇ ਚੱਬੇਵਾਲ ਦੇ ਵਿੱਚ ਆ ਚੁੱਕੇ ਹਨ। ਸਾਡੇ ਸਭ ਤੋਂ ਮੇਨ ਗੱਲ ਜੋ ਸਾਡੇ ਸਬਜ਼ੀ ਮੰਡੀ ਆ ਉਹ ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਆ, ਜਿਸ ਵਿੱਚ ਮਟਰਾਂ ਦੀ ਫਸਲ ਦੀ ਤਕਰੀਬਨ 50 ਤੋਂ 65 ਲੱਖ ਤੱਕ ਫੀਸ ਹਰ ਸਾਲ ਹੁਸ਼ਿਆਰਪੁਰ ਮਾਰਕੀਟ ਕਮੇਟੀ ਨੂੰ ਜਾਂਦੀ ਹੈ ਜੀ। ਹਾਂਜੀ ਸਰਪੰਚ ਸਾਹਿਬ, ਜਿਸ ਤਰ੍ਹਾਂ ਅੱਜ ਕੱਲ੍ਹ ਪੰਜਾਬ ਦੇ ਜਿਹੜਾ ਯੂਥ ਆ ਉਹ ਨਸ਼ਿਆਂ ਦੀ ਦਲਦਲ ਤਸਦਾ ਜਾ ਰਿਹਾ, ਤੁਸੀਂ ਇਸ ਦੇ ਲਈ ਕੋਈ ਵਿਸ਼ੇਸ਼ ਉਪਰਾਲੇ ਕਰ ਰਹੇ ਹੋ? ਹਾਂਜੀ, ਅਸੀਂ ਇਸ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਾਂ। ਅਸੀਂ ਸਕੂਲ ਜੋ ਸਾਡੇ ਸੀਨੀਅਰ ਸੈਕੰਡਰੀ ਸਕੂਲ ਆ ਉੱਥੇ ਕੈਂਪ ਲਗਾਈ ਦੇ ਆ, ਅਸੀਂ ਗੁਰਦੁਆਰਾ ਸ਼ਹੀਦ ਬਾਬਾ ਰਤਨ ਸਿੰਘ ਜੀ ਉੱਥੇ ਵੀ ਕੈਂਪ ਸਾਡੇ ਲੱਗਦੇ ਹਨ, ਉਹਨਾਂ ਦੇ ਵਿੱਚ ਸਾਡੇ NR ਵੀਰ ਜੋ ਇੰਗਲੈਂਡ, ਨਾਰਵੇ, ਜਰਮਨੀ, ਕਨੇਡਾ, ਅਮਰੀਕਾ ਵਿੱਚ ਬੈਠੇ ਆ ਉਹ ਸਾਡੇ ਪਿੰਡ ਨੂੰ ਕਾਫ਼ੀ ਸਾਡੀ ਮਦਦ ਕਰਦੇ ਆ, ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੰਮ ਅਸੀਂ ਕਰਦੇ ਹਾਂ ਜੀ। ਸੰਧੂ ਸਾਹਿਬ, ਜਿਹੜਾ ਨੌਜਵਾਨਾਂ ਦੇ ਲਈ ਸਪੋਰਟਸ ਕਲੱਬ ਵਗੈਰਾ ਖੁੱਲ੍ਹੇ ਹੋਣ, ਜਿਮ ਖੁੱਲ੍ਹੇ ਹੋਣ ਤੁਹਾਡੇ ਥਰੂ, ਉਹਨਾਂ ਬਾਰੇ ਚਾਨਣਾ ਪਾਓ। ਹਾਂਜੀ, ਸਾਡੇ ਸੀਨੀਅਰ ਸੈਕੰਡਰੀ ਸਕੂਲ ਬਹੁਤ ਵੱਡਾ ਜਿਮ ਖੁੱਲ੍ਹਾ ਹੈ, ਜੋ ਬੱਚੇ ਸਵੇਰ ਅਤੇ ਸ਼ਾਮ ਹਰ ਰੋਜ਼ ਇੱਥੇ ਆਉਂਦੇ ਹਨ ਅਤੇ ਪ੍ਰੈਕਟਿਸ ਕਰਦੇ ਹਨ। ਇਸੇ ਤਰ੍ਹਾਂ ਹੀ ਸਾਡੇ ਖੇਡ ਅਕੈਡਮੀ ਜੋ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਦੇ ਵਿੱਚ ਬਣਾਈ ਗਈ ਹੈ, ਉਸ ਦੇ ਵਿੱਚ ਸਾਡੇ NR ਵੀਰ ਭਰਾਵਾਂ ਨੇ ਜੋ ਕਿ ਸਾਡੇ ਨਾਰਵੇ, ਇੰਗਲੈਂਡ, ਯੂਰਪ ਦੇ ਵਿੱਚ ਰਹਿੰਦੇ ਹਨ, ਉਹਨਾਂ ਨੇ ਆਪਣੇ ਕੋਲੋਂ ਵਿੱਤੀ ਸਹਾਇਤਾ ਦੇ ਕੇ ਸਾਡੀ ਖੇਡ ਅਕੈਡਮੀ ਬਣਵਾਈ ਆ ਅਤੇ ਫੁੱਟਬਾਲ ਟੂਰਨਾਮੈਂਟ ਦੇ ਵਿੱਚ ਤਕਰੀਬਨ ਨਵੰਬਰ ਦਸੰਬਰ ਦੇ ਵਿੱਚ ਆ ਕੇ ਉਹ ਇਸ ਜਗ੍ਹਾ ਦੇ ਉੱਤੇ ਫੁੱਟਬਾਲ ਟੂਰਨਾਮੈਂਟ ਅਸੀਂ ਬਹੁਤ ਵੱਡਾ ਕਰਵਾਉਂਦੇ ਹਾਂ, ਜੋ ਕਿ NR ਵੀਰ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਹੈ। ਬਹੁਤ ਬਹੁਤ ਸ਼ੁਕਰੀਆ ਸਰਪੰਚ ਸਾਹਿਬ ਆਪ ਜੀ ਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਸ ਦੇ ਨਾਲ ਹੀ ਅਸੀਂ ਪਹੁੰਚੇ ਹਾਂ ਅੱਜ ਦੇ ਅਗਾਂਹ ਵਾਧੂ ਕਿਸਾਨ ਦੇ ਕੋਲ ਤੇ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਾਹਿਬ ਜੀ, ਤੁਹਾਡਾ ਨਾਮ? ਰਸ਼ਪਾਲ ਸਿੰਘ ਜੀ। ਰਸ਼ਪਾਲ ਸਿੰਘ ਜੀ, ਰਸ਼ਪਾਲ ਸਿੰਘ ਜੀ, ਤੁਸੀਂ ਖੇਤੀਬਾੜੀ ਦੀ ਲਾਈਨ ਵਿੱਚ ਕਦੋਂ ਤੋਂ ਹੋ? ਮੈਂ ਤਕਰੀਬਨ 22 ਸਾਲ ਪਹਿਲਾਂ 1990 ਵਿੱਚ ਖੇਤੀ ਵਿੱਚ ਪਿਆ। ਉਸ ਤੋਂ ਪਹਿਲਾਂ ਮੈਂ ਸਰਵਿਸ ਕਰਦਾ ਸੀ ਜੀ। ਉਸ ਤੋਂ ਬਾਅਦ ਮੈਂ ਟਰੈਕਟਰ ਲੈ ਕੇ ਖੇਤੀ ਸ਼ੁਰੂ ਕੀਤੀ ਆ। ਤੁਸੀਂ ਖੇਤੀਬਾੜੀ ਹੀ ਲਾਈਨ ਕਿਉਂ ਚੁਣੀ? ਇਸ ਕਰਕੇ ਕਿ ਮੈਨੂੰ ਉਹ ਦੂਸਰੇ ਕੰਮ ਬਾਰੇ ਕੋਈ ਨੌਲੇਜ ਨਹੀਂ ਸੀਗਾ, ਇਸ ਲਈ ਸਾਡਾ ਜੱਦੀ ਕੰਮ ਹੈ ਜੱਟਾਂ ਦਾ, ਅਸੀਂ ਖੇਤੀ ਕਰੀਏ ਤੇ ਇਹ ਤੋਂ ਬਾਅਦ ਸਾਨੂੰ ਕੋਈ ਦੂਸਰੇ ਤੋਂ ਸਾਨੂੰ ਘਾਟਾ ਮਹਿਸੂਸ ਹੁੰਦਾ ਸੀਗਾ, ਫਿਰ ਸ਼ਾਇਦ ਹੋ ਸਕਦਾ ਕੋਈ ਬਿਜ਼ਨਸ ਸ਼ੁਰੂ ਕੀਤਾ ਸਾਨੂੰ ਘਾਟਾ ਪੈ ਜਾਏ। ਫਿਰ ਸਾਨੂੰ ਖੇਤੀ ਸਾਡੇ ਬਾਪ ਦਾਦੇ ਤੋਂ ਮਿਲਿਆ ਧੰਦਾ, ਨਿੱਕੇ ਹੁੰਦੇ ਕਰਦੇ ਰਹੇ ਹਾਂ, ਇਸ ਕਰਕੇ ਖੇਤੀ ਨੂੰ ਚੁਣਿਆ ਸਰਵਿਸ ਤੋਂ ਬਾਅਦ। ਜੀ ਸਿੰਘ ਸਾਹਿਬ, ਤੁਸੀਂ ਜਿਹੜੀ ਖੇਤੀ ਕਰਦੇ ਹੋ, ਇਸ ਦੇ ਵਿੱਚ ਤੁਸੀਂ ਕਿੰਨੇ ਤਰ੍ਹਾਂ ਦੀ ਖੇਤੀ ਕਰਦੇ ਹੋ, ਫਸਲਾਂ ਕਿੰਨੇ ਤਰ੍ਹਾਂ ਦੀਆਂ ਉਗਾਉਂਦੇ ਹੋ? ਇਸ ਦੇ ਵਿੱਚ ਸਾਡੀਆਂ ਸਰਦੀਆਂ ਫਸਲਾਂ ਮੇਨ ਆਲੂ ਤੇ ਮਟਰ ਹੈ, ਉਹਦੇ ਬਾਅਦ ਕਣਕ, ਸੂਰਜਮੁਖੀ, ਜਿਹੜਾ ਲੇਟ ਆਲੂ ਹੋ ਜਾਂਦਾ ਸੂਰਜਮੁਖੀ ਬੀਜ ਦੇਦੀ ਆ, ਕੋਈ ਮੱਕੀ ਬੀਜ ਦੇਦੀ ਆ, ਉਸ ਤੋਂ ਬਾਅਦ ਬਰਸਾਤ ਦੇ ਟਾਈਮ ਦੇ ਝੋਨਾ ਲਾ ਲਈਦਾ, ਅਤੇ 6-7 ਫਸਲਾਂ ਅਸੀਂ ਤਰਤੀਬ ਵਾਰ ਫਸਲਾਂ ਖੇਤਾਂ 'ਚੋਂ ਕੱਢ ਰਹੇ ਹਾਂ, ਅਤੇ ਕੋਈ ਦੂਆ ਸਾਡਾ ਹੋਰ ਨਹੀਂ ਕੋਈ। ਬਿਲਕੁਲ, ਜਿਹੜੀ ਤੁਸੀਂ ਇਹ ਫਸਲਾਂ ਉਗਾਉਂਦੇ ਹੋ ਵੱਖੋ ਵੱਖਰੇ ਤਰ੍ਹਾਂ ਦੇ, ਜਿਸ ਤਰ੍ਹਾਂ ਕਿ ਤੁਸੀਂ ਹੁਣ ਦੱਸਿਆ ਕਿ ਇਹ ਜਦੋਂ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ, ਇਹ ਮੰਡੀ ਵਿੱਚ ਵਿਕਦੀ ਹੈ ਕਿ ਤੁਸੀਂ ਇਹਨਾਂ ਨੂੰ ਆਪ ਕਿਤੇ ਸੇਲ ਕਰਦੇ ਹੋ, ਜਾਂ ਮੰਡੀ 'ਚ ਸੇਲ ਕਰਦੇ ਹੋ, ਜਾਂ ਕਿਤੇ ਹੋਲਸੇਲ ਦੀ ਦੁਕਾਨਾਂ 'ਤੇ ਸੇਲ ਕਰਦੇ ਹੋ? ਗੱਲ ਇੱਦਾਂ ਹੈਗੀ ਹੈ ਜੀ, ਜਿੱਦਾਂ ਝੋਨਾ, ਕਣਕ, ਇਹ ਦੋ ਫਸਲਾਂ ਸਾਡੀਆਂ ਜਿਹੜੀਆਂ ਹੈਗੇ ਗੌਰਮੈਂਟ ਖਰੀਦ ਕਰਦੀ ਆ, ਜੋ ਗੌਰਮੈਂਟ ਰੇਟ ਵਜਾ ਹੁੰਦਾ। ਉਸ ਤੋਂ ਬਾਅਦ ਆਲੂ ਹੈ, ਮਟਰ ਹੈ, ਇਹ ਸਾਡੇ ਤਕਰੀਬਨ ਸਾਡੇ ਚੱਬੇ ਵਾਲੇ ਵਿੱਚ ਬੜੀ ਤਕੜੀ ਮਾਰਕੀਟ ਹੈ, ਉੱਥੇ ਅਸੀਂ ਲੈ ਜਾਂਦੇ ਹਾਂ, ਸਾਨੂੰ ਸ਼ਾਮ ਨੂੰ ਵਿਕ ਜਾਂਦਾ ਸਾਡਾ ਮਾਲ, ਸ਼ਾਮ ਨੂੰ ਸਾਨੂੰ ਪੈਸੇ ਮਿਲ ਜਾਂਦੇ ਆ, ਕੋਈ ਪ੍ਰੋਬਲਮ ਨਹੀਂ ਹੈਗੀ। ਬਾਕੀ ਦੂਸਰੀ ਗੱਲ ਸੂਰਜਮੁਖੀ ਦੀ ਰਹਿ ਗਈ, ਉਹ ਵੀ ਇਸੇ ਤਰ੍ਹਾਂ ਆ, ਉਹਦਾ ਵੀ ਗੌਰਮੈਂਟ ਦੀ ਪੱਕੀ ਮੁੱਲ ਨਹੀਂ ਹੈਗਾ, ਜੋ ਭਾਅ ਲੱਗਦਾ ਸੁਕਾ ਕੇ ਮੱਕੀ ਦਾ, ਸੂਰਜਮੁਖੀ ਦਾ ਸੁੱਕੀ ਹੋਈ ਦਾ ਭਾਅ ਲੱਗ ਗਿਆ, ਗਿੱਲੀ ਦਾ ਲੱਗ ਗਿਆ। ਠੀਕ ਹੈ, ਅਤੇ ਸਿੰਘ ਸਾਹਿਬ, ਜਿਹੜਾ ਤੁਹਾਨੂੰ ਕਿ ਪੰਜਾਬ ਸਰਕਾਰ ਵੱਲੋਂ ਸਬਸਿਡੀ ਮਿਲਦੀ ਹੈ, ਕੀ ਤੁਸੀਂ ਲੈਂਦੇ ਹੋ ਜਾਂ ਨਹੀਂ ਲੈਂਦੇ? ਜੇ ਲੈਂਦੇ ਹੋ ਤਾਂ ਕਿਉਂ ਲੈਂਦੇ ਹੋ, ਜੇ ਨਹੀਂ ਲੈਂਦੇ ਤਾਂ ਕਿਉਂ ਨਹੀਂ ਲੈਂਦੇ? ਉਹਦਾ ਜਵਾਬ ਇਹ ਹੈ ਜੀ, ਸਬਸਿਡੀ ਜਿੱਦਾਂ ਬੀਜ 'ਤੇ ਮਿਲ ਜਾਂਦੀ ਆ, ਖਾਦ 'ਤੇ ਮਿਲ ਜਾਂਦੀ ਆ, ਉਹ ਤਾਂ ਆਟੋਮੈਟਿਕ ਸਾਨੂੰ ਮਿਲ ਜਾਂਦੀ ਆ ਜੀ। ਜਿੱਦਾਂ ਹੁਣ ਅਸੀਂ ਕਣਕ ਦਾ ਬੀਜ ਲੈਂਦੇ ਹਾਂ, ਉਹਦੇ ਵਿੱਚ ਸਾਨੂੰ ਤਕਰੀਬਨ 500 ਰੁਪਇਆ ਕੁਇੰਟਲ ਮਗਰ ਸਬਸਿਡੀ ਗੌਰਮੈਂਟ ਦਿੰਦੀ ਆ, ਉਹ ਅਸੀਂ ਬੀਜ ਉਹਦਾ ਲਾਭ ਉਠਾਉਂਦੇ ਹਾਂ। ਬਾਕੀ ਖਾਦ ਆ ਸੁਸਾਇਟੀ ਚੱਕਦੇ ਹਾਂ, ਉਹਦਾ 'ਚ ਸਾਨੂੰ ਪੂਰਾ ਲਾਭ ਮਿਲਦਾ ਆ। ਅਤੇ ਬਾਕੀ ਜਿੱਦਾਂ ਸੰਦਾਂ 'ਤੇ ਸਬਸਿਡੀ ਹੈਗੀ ਆ, ਰੂਟਾਵੀਟਰ 'ਤੇ ਹੈਗੀ ਆ, ਜਾਂ ਹੋਰ ਟਰੈਕਟਰਾਂ 'ਤੇ ਹੈਗੀ ਆ, ਉਹ ਕੁਛ ਕਿਸਾਨ ਜਿੱਦਾਂ ਕਿਸੇ ਲੋੜ ਹੋਵੇ ਲੈ ਲੈਂਦੇ ਆ, ਕੁਛ ਨਹੀਂ ਜ਼ਰੂਰਤ ਕਿਸੇ ਹਿੰਮਤ ਨਹੀਂ ਨਹੀਂ ਵੀ ਲੈ ਹੁੰਦੀ, ਉਹਦਾ ਲਾਭ ਨਹੀਂ ਲੈ ਹੁੰਦਾ ਕਈਆਂ 'ਤੇ, ਜੇ ਤੁਸੀਂ ਨੂੰ ਜ਼ਰੂਰਤ ਹੈ ਉਹ ਲੈ ਵੀ ਲੈਂਦਾ ਹੈ, ਮਿਲ ਜਾਂਦੀ ਆ। ਠੀਕ ਹੈ, ਅਤੇ ਸਿੰਘ ਸਾਹਿਬ, ਤੁਸੀਂ ਮੈਨੂੰ ਦੱਸੋ, ਜਿਹੜਾ ਅੱਜ ਦਾ ਕਿਸਾਨ ਕਰਜ਼ੇ ਦੇ ਥੱਲੇ ਡੁੱਬ ਕੇ, ਕੋਈ ਆਤਮ ਹੱਤਿਆ ਕਰਨ ਦੀ ਗੱਲਾਂ ਖਬਰਾਂ ਸੁਣਨ ਨੂੰ ਮਿਲਦੀਆਂ, ਜਾਂ ਕੋਈ ਘਰੋਂ ਫਰਾਰ ਹੋ ਜਾਂਦਾ, ਲੱਭਦਾ ਹੀ ਨਹੀਂ ਕਿਸਾਨ, ਇਹਦੇ ਬਾਰੇ ਕੁਝ ਚਾਨਣਾ ਪਾਓ ਸਾਡੇ ਬਾਹਰ ਬੈਠੇ ਦਰਸ਼ਕਾਂ ਨੂੰ। ਦੇਖੋ ਜੀ, ਕਿਸਾਨ ਕਰਜ਼ੇ ਥੱਲੇ ਤਾਂ ਤਕਰੀਬਨ ਪੰਜਾਬ ਦਾ ਸਾਰਾ ਡੁੱਬਿਆ ਹੋਇਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ। ਉਹਦੇ ਬਾਅਦ ਦੇ ਵਿੱਚ ਜੇ ਤੁਸੀਂ ਕਹੋ ਵੀ ਸਾਰੇ ਕਿਸਾਨ ਖੁਦਕੁਸ਼ੀਆਂ ਵੀ ਨਹੀਂ ਕਰਦੇ, ਕੁਛ ਆਪਣੇ ਬੱਚੇ ਪਾਲਣ ਦੀ ਖਾਤਰ ਉਹ ਤੰਗੀ ਵੀ ਕੱਟਦੇ ਆ, ਅਤੇ ਤਕਰੀਬਨ ਸਾਡਾ ਜਿਹੜਾ ਦੁਆਬਾ ਏਰੀਆ ਹੁਸ਼ਿਆਰਪੁਰ ਜ਼ਿਲ੍ਹਾ ਜਾਂ ਜਲੰਧਰ, ਫਗਵਾੜਾ, ਲੁਧਿਆਣਾ, ਆਪਣੇ ਇਹਦੇ 'ਚ ਇੰਨਾ ਕਿਸਾਨ ਗਰੀਬ ਨਹੀਂ ਹੈ, ਕਿਉਂ ਇਹ ਇਲਾਕਾ ਸਾਰਾ ਫੋਰਨਰ ਵਿੱਚ ਗਿਆ। ਜੇ ਖੇਤੀ ਕਰਦਾ ਆ 10-15 ਕਿੱਲੇ, ਤਾਂ ਉਹਦਾ ਭਰਾ ਇੱਕ ਬਾਹਰ ਆ, ਉਹਨੂੰ ਹੈਲਪ ਹੈ ਪੂਰੀ। ਤਕਰੀਬਨ ਮਾਲਵੇ ਵਾਂਗ ਸਾਡੇ ਦੁਆਬੇ ਦੇ ਵਿੱਚ ਇੰਨੀ ਖੁਦਕੁਸ਼ੀ ਨਹੀਂ ਹੈਗੀ, ਕੋਈ 100 ਚੋਂ 1-2 ਹੋ ਵੀ ਜਾਂਦੀਆਂ ਹੋਗੀਆਂ, ਪਰ ਨਹੀਂ, ਤਕਰੀਬਨ ਨਹੀਂ ਹੈਗੀ। ਹਰੇਕ ਕਿਸਾਨ ਆਪਣੇ ਪਰਿਵਾਰ ਪਾਲਣ ਦੀ ਸੋਚਦਾ ਖੁਦਕੁਸ਼ੀ ਕਰਨ ਤੋਂ ਪਹਿਲਾਂ। ਜੀ, ਠੀਕ ਹੈ, ਤੁਸੀਂ ਬਹੁਤ ਸੋਹਣੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਸੋ ਇਹ ਸੀ ਹੁਸ਼ਿਆਰਪੁਰ ਦਾ ਪਿੰਡ ਚੱਬੇਵਾਲ, ਜਿੱਥੇ ਅਸੀਂ ਤੁਹਾਨੂੰ ਮੁਲਾਕਾਤ ਕਰਾਈ ਕਈ ਸ਼ਖਸੀਅਤਾਂ ਦੇ ਨਾਲ, ਅਤੇ ਦਿਖਾਇਆ ਗੁਰਦੁਆਰਾ ਸਾਹਿਬ, ਡਿਸਪੈਂਸਰੀ, ਸਕੂਲ ਅਤੇ ਕਾਲਜ। ਅਗਲੇ ਹਫ਼ਤੇ ਫਿਰ ਇੱਕ ਨਵਾਂ ਪਿੰਡ ਲੈ ਕੇ ਹੋਵਾਂਗੇ ਤੁਹਾਡੇ ਰੂਬਰੂ, ਜਿਸ ਦਾ ਨਾਮ ਹੋਵੇਗਾ ਤੁਹਾਡਾ ਪਿੰਡ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।